ਬਾਜੀ ਕੌਮ ਟੀਵੀ ਦੇਖ ਰਹੇ ਤੁਸੀਂ ਮੈਂ ਸਨੀ ਮਾਨ ਸਭ ਦਾ ਸਵਾਗਤ ਕਰਦਾ। ਪੂਰਾ ਪੰਜਾਬ ਬਿਜਲੀ ਦੇ ਕੱਟਾਂ ਕਰਕੇ ਪਰੇਸ਼ਾਨ ਹੋ ਰਿਹਾ, ਹਰ ਵਰਗ ਨੂੰ ਜਿਹੜੀ ਦਿੱਕਤ ਆ ਰਹੀ ਹੈ। ਇਹ ਕਿਉਂ ਲਗਾਏ ਜਾ ਰਹੇ ਨੇ, ਮਹਿਕਮੇ ਦੇ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਹੈ ਜੀ ਤਰਸੇਮ ਸਿੰਘ। ਇਹ ਜਿਹੜੇ ਬਿਜਲੀ ਦੇ ਕੱਟ ਲੱਗ ਰਹੇ ਨੇ, ਤੁਹਾਨੂੰ ਮਹਿਕਮੇ ਨੇ ਕੀ ਹੁਕਮ ਆਇਆ, ਕੀ ਵਜ੍ਹਾ ਹੈ ਜਿਹੜੇ ਇੰਨੇ ਜ਼ਿਆਦਾ ਕੱਟ ਲੱਗ ਰਹੇ ਨੇ? ਬਿਜਲੀ ਦੇ ਕੱਟ ਇਸ ਕਾਰਨ ਲੱਗ ਰਹੇ ਹੈ ਜੀ, ਪਹਿਲਾਂ ਤਾਂ ਸੀਗੀ ਇੱਧਰ ਮਾਨਸਾ ਜ਼ਿਲ੍ਹੇ ਦੇ ਵਿੱਚ ਖੇਤੀ ਨਰਮੇ ਦੀ, ਹੁਣ ਇਹ ਚੌਲ ਲੱਗਣ ਲੱਗ ਗਏ ਜੀ। ਚੌਲ ਲੱਗਣ ਦੇ ਕਾਰਨ ਚੌਲਾਂ ਨੂੰ ਵੀ ਖਪਤਕਾਰਾਂ ਨੂੰ ਸਾਨੂੰ ਲਾਈਟ ਪੂਰੀ ਕਰਨੀ ਪੈਂਦੀ, ਠੀਕ ਹੈ। ਇਸ ਕਾਰਨ ਇਹ ਬਣ ਗਏ ਜੀ, ਆਪਾਂ ਨੂੰ ਦਿੱਕਤ ਬਣ ਗਈ, ਕੱਟ ਲਾਉਣ ਦੀ ਲੋੜ ਜ਼ਿਆਦਾ ਵੱਧ ਗਿਆ ਜੀ। ਘਰੇਲੂ ਬਿਜਲੀ ਉਹਨਾਂ ਦੀ ਕੱਟ ਲਗਾ ਕੇ ਬਿਜਲੀ ਦੀ ਪੂਰਤੀ ਕਰਨੀ, ਉਹ ਪੂਰੀ ਕਰਦੇ ਹਾਂ ਜੀ, ਵੈਸੇ ਤਾਂ ਪੂਰੀ ਕਰਦੇ ਹਾਂ, ਅਤੇ ਸਾਨੂੰ ਕੁਛ ਏਸੀਆਂ ਦੀ ਵੀ ਦਿੱਕਤ ਹੋ ਗਈ ਜੀ। ਇੱਕ ਇੱਕ ਘਰੇ ਦੋ ਦੋ ਚਾਰ ਚਾਰ ਏਸੀ ਲੱਗੇ ਪਏ ਨਾ, ਬਿਲਕੁਲ ਉਹਦੇ ਕਾਰਨ ਵੀ ਸਾਨੂੰ ਇਹ ਵੱਡੀ ਪ੍ਰੋਬਲਮ ਬਣ ਗਈ। ਛੋਟੇ ਟਰਾਂਸਫਾਰਮ ਹੈ ਜੀ ਪਿੰਡਾਂ ਦੇ ਵਿੱਚ, 100 KV ਦਾ ਲਾ ਲਓ, 25 KV ਦਾ ਲਾ ਲਓ, 63 KV ਦਾ ਲਾ ਲਓ, ਅਤੇ ਉਹਦਾ ਕਾਰਨ ਦਿੱਕਤ ਬਣ ਗਈ ਜੀ ਏਸੀਆਂ ਦੀ। ਤੁਹਾਡੀ ਕਿੱਥੇ ਡਿਊਟੀ ਹੈ? ਡਿਊਟੀ ਮੇਰੀ ਰਾਪਰ ਹੈ ਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ? ਹੋ ਗਿਆ ਜੀ ਲਗਭਗ ਮੈਨੂੰ 20 ਸਾਲ ਦੇ ਗੇੜ ਫੇੜ ਹੋ ਗਏ ਜੀ। ਪਹਿਲਾਂ ਪਠਾਨਕੋਟ ਆ, ਅਤੇ ਆਪਣਾ ਰੋਪੜ ਆ, ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਮੈਂ ਰਹਿ ਕੇ ਆਇਆ ਜੀ। ਜਿਵੇਂ ਕਿੱਲਤ ਬਿਜਲੀ ਦੀ ਹੁਣ ਆ ਰਹੀ ਹੈ ਤੁਹਾਡੇ, ਜਿਵੇਂ ਤੁਸੀਂ ਬਹੁਤ ਲੰਬਾ ਸਮੇਂ ਤੁਸੀਂ ਇੱਥੇ ਡਿਊਟੀ ਕਰਦੇ ਹੋ ਬਿਜਲੀ ਮਹਿਕਮੇ ਵਿੱਚ, ਪਹਿਲਾਂ ਵੀ ਇਸ ਤਰ੍ਹਾਂ ਦੀ ਕਦੇ ਸਮੱਸਿਆ ਆਈ ਹੈ? ਨਾ, ਪਹਿਲਾਂ ਕੋਈ ਸਮੱਸਿਆ ਨਹੀਂ ਆਈ, ਹੁਣ ਇਹ ਨਰਮੇ ਦੀ ਖੇਤੀ ਬਦਲ ਗਈ ਜੀ, ਹੁਣ ਚੌਲ ਲੱਗਣ ਲੱਗ ਗਏ, ਇਸ ਕਾਰਨ ਦਿੱਕਤ ਜ਼ਿਆਦਾ ਬਣ ਗਈ ਜੀ ਆਪਣੇ ਜ਼ਿਲ੍ਹੇ। ਦੂਜੇ ਮੁਲਾਜ਼ਮ ਸਾਡੇ ਨਾਲ ਮੌਜੂਦ ਨੇ, ਕੀ ਨਾਮ ਦਿੱਤਾ? ਮੇਰਾ ਨਾਮ ਹਰਬੰਸ ਸਿੰਘ ਹੈ ਜੀ, ਅਤੇ ਮੇਰੀ ਡਿਊਟੀ ਆਪਣੇ ਤਰਸੇਮ ਸਿੰਘ ਲੈਂਡਮੈਨ ਨਾਲ ਆ ਜੀ। ਮੇਰੀ ਵੀ ਡਿਊਟੀ ਨੇ ਇੱਥੇ 2 ਸਾਲ ਹੋ ਗਏ ਰਾਪਰ ਪਿੰਡ 'ਚ, ਅਤੇ ਵੈਸੇ ਤਾਂ ਸਾਡੇ ਬਾਈ ਨੇ ਦੱਸ ਹੀ ਦਿੱਤਾ ਵੀ ਮੋਟਰਾਂ ਜ਼ਿਆਦਾ ਹੋਊਗੀਆਂ, ਇੱਧਰ ਝੋਨਾ ਜ਼ਿਆਦਾ ਲੱਗਣ ਲੱਗ ਗਿਆ, ਪਹਿਲਾਂ ਖੁਸਕ ਗਏ ਸੀ, ਨਰਮਾ ਜ਼ਿਆਦਾ ਬੀਜਿਆ ਜਾਂਦਾ ਸੀਗਾ। ਆਪਾਂ ਪੂਰੇ ਪੰਜਾਬ ਦੇ ਵਿੱਚ ਕੱਟ ਲੱਗ ਰਹੇ ਨੇ, ਵੈਸੇ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਜ਼ਿਆਦਾ ਲੱਗ ਰਹੇ ਨੇ, ਪਰ ਸਾਰੇ ਇਲਾਕੇ ਦੇ ਨਾਲ ਆਪਣੇ ਮਾਨਸਾ ਜ਼ਿਲ੍ਹੇ ਵਿੱਚ ਜ਼ਿਆਦਾ ਲੱਗ ਰਹੇ, ਉਹਦੀ ਕੀ ਵਜ੍ਹਾ? ਆਪਣੇ ਜੀ ਤਲਵੰਡੀ ਸਬਰ ਪਾਵਰ ਪਲਾਂਟ ਦੀ ਕਹਿੰਦੇ 1 ਯੂਨਿਟ ਬੰਦ ਹੈਗੀ, ਅਤੇ ਤਾਂ ਕਰਕੇ ਵੀ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਆਪਾਂ ਨੂੰ। ਅੱਛਾ, ਹਾਂਜੀ। ਇਹ ਜਿਹੜਾ ਇਹਦੇ ਬੰਦ ਹੋਣ ਦੀ ਕੀ ਵਜ੍ਹਾ, ਮਤਲਬ ਕਾਰਨ ਬੰਦ ਹੋਣ ਦੀ? ਬਿਜਲੀ ਆਪਾਂ ਨੂੰ ਤਾਂ ਆਉਂਦੀ ਨਹੀਂ, ਪਰ ਫਿਰ ਇਹਦੇ ਬੰਦ ਹੋਣ ਨਾਲ ਆਪਾਂ ਨੂੰ ਕੀ ਕਿਲਤ ਦਾ ਕਾਰਨ? ਆਪਣੇ ਜੀ ਦੀਆਂ ਕ੍ਰਾਸਿੰਗਾਂ ਤਾਂ ਗਾਹਾਂ ਗਾਹਾਂ ਜਾ ਕੇ ਜੁੜਦੀਆਂ ਨੇ ਜੀ, ਫਿਰ ਉੱਧਰ ਵੀ ਉਹ ਹੁੰਦਾ ਜੀ ਇਹਨਾਂ ਦਾ। ਹਾਂਜੀ, ਸਰਕਾਰ ਨੇ ਨਵੀਆਂ ਹਦਾਇਤਾਂ ਦਿੱਤੀਆਂ ਸੀ ਬਿਜਲੀ ਦੀ ਕਿਲਤ ਨੂੰ ਦੂਰ ਕਰਨ ਵਾਸਤੇ, ਕੀ ਹਦਾਇਤਾਂ ਮਿਲੀਆਂ ਨੇ? ਥੋੜ੍ਹਾ ਬਹੁਤ ਸੁਧਾਰ ਜ਼ਰੂਰ ਹੋਇਆ, ਕੀ ਕੀਤਾ ਸਰਕਾਰ ਨੇ, ਕੀ ਹਦਾਇਤਾਂ ਦਿੱਤੀਆਂ? ਸਰਕਾਰ ਨੇ ਇਹੀ ਹੁਕਮ ਜਾਰੀ ਕਰੇ ਨੇ ਜੀ ਵੀ 3 ਦਿਨ ਜਿਹੜੇ ਆਪਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਏਸੀ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਨੇ, ਵੀ 3 ਵਜੇ ਛੁੱਟੀ ਜਾਂ 2 ਵਜੇ ਛੁੱਟੀ, ਔਫ ਕਰਕੇ ਦਫ਼ਤਰ, ਵੀ ਇਹੀ ਇਹਦੇ ਨਾਲ ਵੀ ਹਾਂਜੀ ਟਾਈਮ ਘਟਾ ਤਾ ਜੀ, ਇਹਦੇ ਨਾਲ ਜਿਹੜੀ ਉਹ ਵੋਲਟੇਜ ਵਧੂਗੀ ਤੇ ਚਲੋ ਆਪਣੇ ਕੱਟਾਂ ਤੇ ਫਰਕ ਪੈ ਜਾਣਾ ਜੀ। ਸਰਕਾਰੀ ਦਫ਼ਤਰਾਂ ਵਿੱਚ ਬਹੁਤ ਜ਼ਿਆਦਾ ਜਿਵੇਂ ਗਿਣਤੀ 'ਚ ਏਸੀ ਲੱਗੇ ਹੋਏ ਨੇ, ਹਾਂਜੀ ਹਾਂਜੀ ਫਰਕ ਬਹੁਤ ਪੈਣਾ ਗਾ, ਵੀ ਪੱਖੇ ਚਲਾਉਣ ਨੂੰ ਕਿਹਾ ਹੋਇਆ ਨਾ ਵੀ ਪੱਖੇ ਚਲਾਉਣਾ ਗਾ 3 ਦਿਨਾਂ, ਤੇ ਇਹ ਕਿਹਦਾ ਕਰਨ ਨਾਲ ਫਰਕ ਪੈ ਜਾਣਾ ਜੀ। ਤੇ ਜਿਵੇਂ ਕਿ ਬਾਈ ਜੀ ਹਰਬੰਸ ਸਿੰਘ ਦੱਸ ਰਹੇ ਨੇ, ਪੰਜਾਬ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਸਰਕਾਰੀ ਦਫ਼ਤਰ ਹੈ ਉਹਨਾਂ ਦੇ ਵਿੱਚ ਏਸੀ ਬਿਲਕੁਲ ਨਹੀਂ ਚਲਾਉਣੇ, ਜਿਹੜੇ ਪੱਖੇ ਹੈ ਲਾਈਟ ਸਿਰਫ ਲੋੜ ਵੇਲੇ ਚਲਾਉਣੇ, ਪੱਖੇ ਚੱਲਣਗੇ ਲਾਈਟਾਂ ਵਗੈਰਾ ਲੋੜ ਵੇਲੇ ਚਲਾਉਣੀਆਂ, ਇਹਦੇ ਨਾਲ ਥੋੜ੍ਹਾ ਜਿਹੜਾ ਫਰਕ ਜ਼ਰੂਰ ਪਿਆ। ਅੱਗੇ ਜਾ ਕੇ ਹੁਣ ਤੁਹਾਨੂੰ ਕੀ ਲੱਗਦਾ ਵੀ ਕਦੋਂ ਤੱਕ ਬਿਲਕੁਲ ਸੁਧਾਰ ਹੋ ਜੂਗਾ? ਬਸ ਜੀ ਹੁਣ ਸੁਧਾਰ ਹੁੰਦਾ ਹੀ ਜਾਊਗਾ, ਜਿਵੇਂ ਸਰਕਾਰ ਆਪਣੀ ਬਹੁਤ ਸੁਧਾਰ ਕਰੀ ਜਾਂਦੀ ਹੈ ਬਿਜਲੀ ਬਾਰੇ, ਅਤੇ ਇਹਦੇ ਨਾਲ ਫਰਕ ਬਹੁਤ ਪੈ ਜਾਣਾ ਜੀ। ਇੱਕ ਜਿਵੇਂ ਅੱਜ ਇਹਦਾ ਮੌਸਮ ਜਿਹੜਾ ਮੀਂਹ ਪਿਆ, ਅਤੇ ਇਹਦੇ ਕਰਕੇ ਵੀ ਕੋਈ ਜਿਹੜਾ ਹੁਣ ਝੋਨਿਆਂ ਨੂੰ ਪਾਣੀ ਘੱਟ ਲੋੜ ਪਊਗੀ, ਅਤੇ ਹੁਣ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਵੀ ਥੋੜ੍ਹਾ ਸੁਧਾਰ ਹੋ ਜੂ ਬਿਜਲੀ ਨੂੰ, ਕਿੱਲਤ ਥੋੜ੍ਹੀ ਘਟੂਗੀ? ਹਾਂਜੀ ਹਾਂਜੀ ਇਹਦੇ ਨਾਲ ਪੂਰੀ ਘਟੂ ਜੀ, ਇਹਦੇ ਨਾਲ ਵੋਲਟੇਜ ਵੱਧਦੀ ਹੈ ਜੀ ਮੀਂਹ ਨਾਲ, ਠੰਡ ਨਾਲ, ਅਤੇ ਵੀ ਝੋਨੇ ਨੂੰ ਵੀ ਘੱਟ ਪਾਣੀ ਦੀ ਲੋੜ ਪਊ ਜੀ। ਹਾਂਜੀ, ਮਤਲਬ ਇਹ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਲਦੀ ਜਿਹੜਾ ਸਮੱਸਿਆ ਠੀਕ ਹੋ ਜੂ? ਹਾਂਜੀ ਹਾਂਜੀ ਜਲਦੀ ਸਮੱਸਿਆ ਠੀਕ ਹੋ ਜਾਣੀ ਹੈ ਜੀ, ਇਹ ਜ਼ਿਆਦਾ ਸਰਕਾਰ ਵੀ ਪੂਰੇ ਕਦਮ ਚੱਕ ਰਹੀ ਹੈ ਵੀ ਸਮੱਸਿਆ ਨੂੰ ਠੀਕ ਕੀਤਾ ਜਾਵੇ। ਬਿਜਲੀ ਦੀ ਇੱਥੇ ਮਤਲਬ ਅਸੀਂ ਮਾਨਸਾ ਤੋਂ ਰਾਪਰ ਆਉਂਦੇ ਹਾਂ ਜੀ, ਮੈਂ ਦੁਕਾਨਦਾਰ ਹਾਂ, ਇੱਥੇ ਕੱਪੜੇ ਦੀ ਸ਼ੋਪ ਹੈ ਮੇਰੀ, ਅਤੇ ਬਿਜਲੀ ਦੀ ਵੈਸੇ ਹੁਣ ਝੋਨੇ ਕਰਕੇ ਜਿਹੜੀ ਮਤਲਬ ਬਿਜਲੀ ਸਰਕਾਰ ਨੂੰ ਦੇਣੀ ਪੈਂਦੀ ਹੈ ਕਿਸਾਨਾਂ ਨੂੰ, ਅਤੇ ਉਹਦੇ ਕਰਕੇ ਬਹੁਤ ਜ਼ਿਆਦਾ ਮਤਲਬ ਕਿੱਲਤ ਆ ਰਹੀ ਹੈ ਸਾਡੇ। ਮਤਲਬ ਅਸੀਂ ਸ਼ਹਿਰੀ ਖੇਤਰ ਦੇ ਵਿੱਚ ਤਾਂ ਜਿਵੇਂ ਉੱਥੇ ਮਤਲਬ ਘਰ ਛੋਟੇ ਛੋਟੇ ਭੀੜੇ ਭੀੜੇ ਘਰ ਹੁੰਦੇ ਨੇ, ਅਤੇ ਉੱਥੇ ਤਾਂ ਮਤਲਬ ਬਹੁਤ ਜ਼ਿਆਦਾ ਹੀ ਕੱਟ ਲੱਗਦੇ ਨੇ। ਇੱਥੇ ਸਾਡੇ ਜਿਵੇਂ ਮਤਲਬ ਰਾਪਰ ਪਿੰਡ, ਇੱਥੇ ਰਾਪਰ ਦੇ ਵਿੱਚ ਵੀ ਮਤਲਬ ਜਾਂ ਨੇੜੇ ਤੇੜੇ ਪਿੰਡਾਂ ਦੇ ਵਿੱਚ ਬਿਜਲੀ ਹਜੇ ਠੀਕ ਹੈ, ਅਤੇ ਪਰ ਮਤਲਬ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਸ ਗੱਲ ਦੀ ਬਿਜਲੀ ਦੀ, ਅਤੇ ਪਰ ਇੱਥੇ ਠੀਕ ਹੈ ਕੁਛ ਹੱਦ ਤੱਕ। ਜਿਵੇਂ ਕਿ ਹੁਣ ਅੱਜ ਬਾਰਿਸ਼ ਹੋਈ ਹੈ, ਅਤੇ ਇਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਬਿਜਲੀ ਕਿੱਲਤ ਘਟੂਗੀ? ਹਾਂਜੀ ਬਾਰਿਸ਼, ਇਹ ਬਾਰਿਸ਼ ਵੈਸੇ ਤਾਂ ਸਾਡੇ ਥੋੜ੍ਹੀ ਹੋਈ ਹੈ, ਪਰ ਬਾਰਿਸ਼ ਦੇ ਕਰਕੇ ਵੀ ਜਿੰਨੀ ਕੁ ਵੀ ਹੋਈ ਹੈ ਠੀਕ ਹੋਈ ਹੈ, ਇਹਦੇ ਨਾਲ ਵੀ ਝੋਨੇ ਨੂੰ ਮਤਲਬ ਪਾਣੀ ਲਾਉਣ ਦੀ ਜ਼ਿਆਦਾ ਲੋੜ ਨਹੀਂ ਪੈਣੀ, ਅਤੇ ਬਿਜਲੀ ਦੀ ਮਤਲਬ ਕਿੱਲਤ ਨਹੀਂ ਆਉਣੀ ਸਾਨੂੰ।
ਤੇ ਅੱਜ ਵੀ ਠੀਕ ਰਹੀ ਹੈ, ਬਿਜਲੀ ਦਾ ਕੱਟ ਕੋਈ ਜ਼ਿਆਦਾ ਨਹੀਂ ਲੱਗਿਆ। ਹਾਂਜੀ, ਜਿਹੜੀ ਬਿਜਲੀ ਦੀ ਕਿੱਲਤ ਆ ਰਹੀ ਹੈ ਇਹਦੇ ਨਾਲ ਕੀ ਸਮੱਸਿਆਵਾਂ ਆ ਰਹੀਆਂ ਨੇ? ਇਹ ਬਿਜਲੀ ਦੀ ਕਿੱਲਤ ਨਾਲ ਜੀ ਸਾਨੂੰ ਬੜੀਆਂ ਸਮੱਸਿਆ ਆ ਰਹੀ ਆ। ਇੱਕ ਤਾਂ ਗਰਮੀ ਬੜੀ ਪੈ ਰਹੀ ਆ, ਸੱਤ ਸੱਤ ਘੰਟਿਆਂ ਦਾ ਕੱਟ ਲੱਗ ਜਾਂਦਾ ਹੈਗਾ, ਬਹੁਤ ਜ਼ਿਆਦਾ ਗਰਮੀ ਪੈਂਦੀ ਆ। ਅਤੇ ਬਾਕੀ ਔਨਲਾਈਨ ਕੰਮ ਹੋ ਗਏ ਸਾਰੇ, ਔਨਲਾਈਨ ਕੰਮ ਹੋਣ ਦੇ ਕਾਰਨ ਉਹਨਾਂ ਦੇ ਕੰਮਾਂ ਦੇ ਵਿੱਚ ਬੜਾ ਵਿਘਨ ਪੈਂਦਾ, ਬੱਚਿਆਂ ਦੀ ਪੜ੍ਹਾਈ 'ਤੇ ਵੀ ਵਿਘਨ ਪੈਂਦਾ, ਹੋਰ ਵੀ ਘਰੇਲੂ ਕੰਮਾਂ ਦੇ ਵਿੱਚ ਵਿਘਨ ਪੈਂਦਾ। ਅਸੀਂ ਬੜੇ ਪਰੇਸ਼ਾਨ ਹਾਂ ਜੀ। ਝੂਨਾ ਲੱਗਣ ਲੱਗ ਗਿਆ, ਝੂਨਾ ਲੱਗਣ ਨਾਲ ਬਿਜਲੀ ਦਾ ਲੋਡ ਵੱਧ ਗਿਆ ਜੀ। ਦੂਜੀ ਗੱਲ ਇਹ ਆ, ਹੁਣ ਹਰ ਇੱਕ ਘਰ ਦੇ ਵਿੱਚ ਏ ਸੀ ਲੱਗਿਆ, ਪਹਿਲਾਂ ਏ ਸੀ ਨਹੀਂ ਸੀ, ਏ ਸੀ ਲੱਗਣ ਦੇ ਕਾਰਨ ਲੋਡ ਵੱਧ ਗਿਆ, ਇਸ ਕਰਕੇ ਸਾਨੂੰ ਇਹ ਸਮੱਸਿਆ ਆ ਰਹੀ ਹੈ। ਠੀਕ ਹੈ ਜੀ, ਧੰਨਵਾਦ ਜੀ। ਇਹ ਜਿਹੜੇ ਕੱਟ ਲੱਗ ਰਹੇ ਨੇ ਪੂਰੇ ਪੰਜਾਬ 'ਚ ਲੱਗ ਰਹੇ ਨੇ, ਪਰ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਲੰਬੇ ਲੰਬੇ ਕੱਟ ਲੱਗ ਰਹੇ ਨੇ, ਇਹਦਾ ਕੀ ਕਾਰਨ ਹੈ? ਦੇਖੋ ਜੀ, ਸਭ ਤੋਂ ਪਿੱਛੇ ਜੇ ਆਪਾਂ ਥੋੜ੍ਹਾ ਜਿਹਾ ਬਿਜਲੀ ਜਿਹੜਾ ਕੰਟਰੈਕਟ ਹੋਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਦੋਂ ਗਵਰਨਮੈਂਟ ਹੁੰਦੀ ਸੀ ਪੰਜਾਬ 'ਚ, ਦਸ ਸਾਲ ਰਹੀ ਹੈ, ਉਹਨਾਂ ਨੇ ਨਾ ਕੰਟਰੈਕਟ ਕੀਤਾ ਸੀ ਪ੍ਰਾਈਵੇਟ ਕੰਪਨੀ ਨਾਲ। ਲਾਈਕ ਜਿਵੇਂ ਬਦਾਤਾ ਕੰਪਨੀ ਨੇ ਆਪਣੇ ਏਰੀਏ ਦੇ ਵਿੱਚ ਬਰਾਂਵਾਲੀ ਥਰਮਲ ਪਲਾਂਟ ਬਣਾਇਆ, ਤਾਂ ਇੱਥੇ ਜਿਹੜੀ ਯੂਨਿਟ ਹੈ ਉਹ ਹੁਣ ਇੱਕ ਯੂਨਿਟ ਨੇ ਕੰਮ ਕਰਨਾ ਬੰਦ ਕਰਤਾ। ਕੋਈ ਟੈਕਨੀਕਲ ਇਸ਼ੂ ਹੋਊਗਾ, ਕੋਈ ਰੀਜ਼ਨ ਹੋਊਗਾ, ਉਦੋਂ ਉਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਉਹਦੇ ਵਿੱਚ ਵਿਘਨ ਪਿਆ। ਦੂਸਰੀ ਗੱਲ ਜੇ ਆਪਾਂ ਦੇਖੀਏ, ਜਿਹੜੇ ਸਰਕਾਰ ਦੇ ਜਿਹੜੇ ਸਰਕਾਰੀ ਅਦਾਰੇ ਸੀਗੇ ਜਿਵੇਂ ਬਠਿੰਡਾ ਥਰਮਲ ਪਲਾਂਟ ਸੀਗਾ, ਉਹ ਬੰਦ ਕਰ ਦਿੱਤੇ ਗਏ ਆ। ਉਹ ਬੰਦ ਕਿਉਂ ਕਰ ਦਿੱਤੇ ਗਏ? ਉਹ ਸਰਕਾਰ ਦੀ ਮਜਬੂਰੀ ਹੈ, ਸਰਕਾਰ ਨੇ ਉਹ ਇਹ ਤਾਂ ਕਰਕੇ ਬੰਦ ਕਰਿਆ ਹੈ। ਸਰਕਾਰ ਦਾ ਕਹਿਣਾ ਕਿ ਉਹ ਜਿਹੜੀ ਉਹਨਾਂ ਦੀ ਸਮਰੱਥਾ ਸੀ ਬਿਜਲੀ ਪੈਦਾ ਕਰਨ ਦੀ, ਉਹ ਘੱਟ ਗਈ ਅਤੇ ਉਹਨਾਂ 'ਤੇ ਖਰਚਾ ਜਿਹੜਾ ਵੱਧ ਪੈ ਰਿਹਾ ਸੀ। ਪਰ ਨਹੀਂ, ਜੇਕਰ ਆਪਾਂ ਇਹਦਾ ਪਿਛੋਕੜ ਦੇਖੀਏ, ਗੱਲ ਇਹ ਨਹੀਂ ਹੈਗੀ, ਅਸਲ 'ਚ ਗੱਲ ਇਹ ਹੈ ਕਿ ਸਰਕਾਰ ਨੇ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਬਣਾਏ ਹੈ ਉਹਨਾਂ ਨਾਲ ਜਿਹੜਾ ਕੰਟਰੈਕਟ ਕੀਤਾ ਹੈ, ਉਹ ਕੰਟਰੈਕਟ ਦੇ ਅਧੀਨ ਸਰਕਾਰ ਨੂੰ ਉਹਨਾਂ ਤੋਂ ਉੱਨੀ ਬਿਜਲੀ ਲੈਣੀ ਪੈਣੀ ਹੈ। ਦੂਸਰੀ, ਉਸ ਕੰਟਰੈਕਟ ਦੇ ਵਿੱਚ ਇਹ ਵੀ ਲਿਖਿਆ ਕਿ ਤੁਸੀਂ ਬਿਜਲੀ ਦੀ ਜ਼ਰੂਰਤ ਹੈ ਜਾਂ ਨਾ ਹੈ, ਉਹ ਸਮੇਂ ਮੁਤਾਬਕ ਜਿੰਨੀ ਅਮਾਊਂਟ ਮਿੱਥੀ ਹੈ ਉਨੀ ਗਵਰਨਮੈਂਟ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਉਹ ਥਰਮਲ ਪਲਾਂਟ ਨੂੰ ਜਿਹੜੀ ਚਲਾ ਰਹੀ ਹੈ ਉਹਨੂੰ ਪੇ ਕਰਨੀ ਪੈਣੀ ਹੈ। ਜੇਕਰ ਆਪਾਂ ਦੂਜੀ ਗੱਲ ਅਗਲਾ ਲੌਜਿਕ ਦੇਖੀਏ ਇਹਦੇ ਪਿੱਛੇ ਕਿ ਆਪਣੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਏ ਸੀ ਬਹੁਤ ਲੱਗ ਗਏ, ਏਅਰ ਕੰਡੀਸ਼ਨ ਲੱਗੇ ਹੋਏ ਆ, ਅਤੇ ਦੂਸਰੀ ਹਰੇਕ ਘਰ ਦੇ ਵਿੱਚ ਜੇ ਆਪਾਂ ਦੇਖੀਏ ਬਿਜਲੀ ਨਾਲ ਚੱਲਣ ਵਾਲੀਆਂ ਸੰਬੰਧਿਤ 20 ਤੋਂ 25 ਆਈਟਮਾਂ ਹੁੰਦੀਆਂ ਹਰੇਕ ਘਰ ਦੇ ਵਿੱਚ, ਅਤੇ ਇਸ ਕਰਕੇ ਬਿਜਲੀ ਦਾ ਲੋਡ ਵਧਿਆ ਹੋਇਆ। ਪਰ ਜੇਕਰ ਆਪਾਂ ਦੇਖੀਏ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ, ਜੋ ਡਿਪਟੀ ਸੀ ਐੱਮ ਵੀ ਰਹਿ ਚੁੱਕੇ ਆ 10 ਸਾਲ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਪੰਜਾਬ ਆ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਉਹ ਸਰਪਲਸ ਹੋ ਗਈ। ਆਪਾਂ ਉਸ ਗੱਲ ਨੂੰ ਮੰਨ ਸਕਦੇ ਹਾਂ, ਆਪਾਂ ਇਗਨੋਰ ਨਹੀਂ ਕਰਦੇ, ਪਰ ਜੇ ਆਪਾਂ ਅੱਜ ਦੀ ਸਥਿਤੀ ਦੇਖੀਏ ਕਿ ਅੱਜ ਜਿਹੜੀ ਸਰਪਲਸ ਬਿਜਲੀ ਉਹ ਕਿੱਧਰ ਗਈ? ਉਹ ਸਰਪਲਸ ਬਿਜਲੀ ਤਾਂ ਕਹਿੰਦੇ ਸੀ ਉਸ ਸਮੇਂ ਦੇ ਵਿੱਚ ਕਿ ਉਦੋਂ ਸਰਕਾਰੀ ਥਰਮਲ ਪਲਾਂਟ ਵੀ ਚੱਲਦੇ ਹੁੰਦੇ ਸੀ, ਪ੍ਰਾਈਵੇਟ ਵੀ ਚੱਲਦੇ ਹੁੰਦੇ ਸੀ, ਅਤੇ ਲੋਕਾਂ ਕੋਲ ਬਿਜਲੀ ਨਾਲ ਚੱਲਣ ਵਾਲੇ ਜਿੰਨੇ ਵੀ ਯੰਤਰ ਹੈ ਅੱਜ ਦੇ ਮੁਕਾਬਲੇ ਉਸ ਸਮੇਂ ਘੱਟ ਹੁੰਦੇ ਸੀ। ਅਤੇ ਜੇ ਆਪਾਂ ਦੇਖੀਏ ਵੀ ਜਿਹੜਾ ਅੱਜ ਜਦੋਂ ਬਿਜਲੀ ਸੰਕਟ ਪੈਦਾ ਹੋਇਆ, ਇੱਕ ਤਾਂ ਇਹਦੇ ਨਾਲ ਸਭ ਤੋਂ ਜਿਹੜਾ ਵੱਡਾ ਫੈਕਟ ਉਦਯੋਗਿਕ ਜਿਹੜਾ ਆਪਣਾ ਉਦਯੋਗ ਜਿਹੜੇ ਚੱਲਦੇ ਆ, ਕੋਈ ਵੀ ਵਪਾਰਕ ਕੰਮ ਹੁੰਦਾ ਬਿਜਲੀ ਨਾਲ, ਉਹਨਾਂ 'ਤੇ ਇਫੈਕਟ ਪੈ ਗਿਆ। ਕਾਰਖਾਨੇ ਬੰਦ ਹੋ ਗਏ, ਕੰਪਨੀ ਨੂੰ ਬੜਾ ਇਫੈਕਟ ਪਿਆ, ਉਹਦੇ ਵਿੱਚ ਮਜ਼ਦੂਰ ਜਿਹੜੇ ਲੇਬਰ ਕੰਮ ਕਰਦੇ ਆ ਉਹਨਾਂ 'ਤੇ ਇਫੈਕਟ ਪਿਆ। ਤੀਸਰੀ ਗੱਲ, ਜਦੋਂ ਇੱਕ ਡਿਮਾਂਡ ਅਤੇ ਸਪਲਾਈ ਉਹਦੇ ਵਿੱਚ ਇਫੈਕਟ ਪੈਂਦਾ ਹੁੰਦਾ, ਜਦੋਂ ਕਿਸੇ ਚੀਜ਼ ਦੀ ਪ੍ਰੋਡਕਸ਼ਨ ਦੇ ਵਿੱਚ ਕਮੀ ਆ ਜਾਵੇ ਤਾਂ ਉਸ ਚੀਜ਼ ਦਾ ਜਿਹੜਾ ਅਮਾਊਂਟ ਉਹ ਅੱਪ ਹੋ ਜਾਂਦਾ ਹੁੰਦਾ। ਜਦੋਂ ਬਿਜਲੀ ਦੀ ਕਮੀ ਆ ਗਈ ਤਾਂ ਪ੍ਰੋਡਕਸ਼ਨ ਘੱਟ ਗਈ, ਪ੍ਰੋਡਕਸ਼ਨ ਘੱਟ ਕਰਕੇ ਰੇਟ ਹਾਈ ਹੋ ਗਏ, ਉਹ ਰੇਟ ਹਾਈ ਨਾਲ ਕਿਹਦੇ 'ਤੇ ਇਫੈਕਟ ਪੈਣਾ? ਆਮ ਲੋਕਾਂ 'ਤੇ ਪੈਣਾ ਹੈ। ਉਦੋਂ ਅਗਲੀ ਗੱਲ ਕਰੀ ਆਪਾਂ ਜੋ ਬਿਜਲੀ ਨਾਲ ਸੰਬੰਧਿਤ, ਜਿਵੇਂ ਔਨਲਾਈਨ ਵੈਬਸਾਈਟ ਦੇ ਉੱਪਰ ਕਈ ਯੰਗਸਟਰ ਜਿਹੜੇ ਵੈਲ ਐਜੂਕੇਟਡ ਹੈ ਅਤੇ ਪ੍ਰੋਫੈਸ਼ਨਲ ਜੁੜੇ ਹੋਏ ਆ, ਉਹ ਕੰਮ ਕਰਦੇ ਆ। ਜੇਕਰ ਆਪਾਂ ਮਾਨਸਾ ਛੱਡ ਕਿਸੇ ਵੀ ਸ਼ਹਿਰ ਦੇ ਵਿੱਚ ਆਪਾਂ ਦੇਖੀਏ, ਦੁਕਾਨਾਂ 'ਤੇ ਸ਼ੋਪ 'ਤੇ ਕੋਈ ਸਾਈਬਰ ਕੈਫੇ ਚੱਲ ਰਿਹਾ, ਕੁਛ ਵੀ ਚੱਲ ਰਿਹਾ, ਉਹ ਵੀ ਸਾਰਾ ਇਲੈਕਟ੍ਰੋਨਿਕ ਆਈਟਮਾਂ ਸਾਰੀਆਂ ਉਹਦੇ ਨਾਲ ਚੱਲਦੀਆਂ। ਅਤੇ ਖੇਤੀਬਾੜੀ ਨਾਲ ਜੇ ਆਪਾਂ ਦੇਖੀਏ, ਖੇਤੀਬਾੜੀ ਜਿਵੇਂ ਹੁਣ ਝੋਨਾ ਕਿਸਾਨਾਂ ਨੇ, ਬਹੁਤੇ ਕਿਸਾਨਾਂ ਨੇ ਜਿਹੜਾ 10 ਜੂਨ ਤੋਂ ਝੋਨਾ ਲਾਉਣਾ ਸੀਗਾ ਉਹ ਲਾਇਆ ਹੋਇਆ, ਉਹ 'ਤੇ ਇਫੈਕਟ ਪੈ ਰਿਹਾ। ਤਾਂ ਹੁਣ ਜਿਹੜਾ ਲਾਸਟ ਝੋਨੇ ਦਾ ਸੀਜ਼ਨ ਅੱਗੇ ਆਊਗਾ, ਜੇਕਰ ਆਪਾਂ ਦੇਖੀਏ ਤਾਂ ਉਹਦੇ 'ਤੇ ਵੀ ਇਫੈਕਟ ਪਊਗਾ। ਹੁਣ ਜਿਵੇਂ ਹਰਾ ਚਾਰਾ ਸਬਜ਼ੀ, ਇਹਨਾਂ ਨੂੰ ਪਾਣੀ ਦੀ ਜ਼ਰੂਰਤ ਆ, ਉਹ 'ਤੇ ਇਫੈਕਟ ਪੈਂਦਾ। ਅਤੇ ਤੀਸਰੀ ਗੱਲ ਇਹ ਹੈ ਕਿ ਜਿਹੜੇ ਏਰੀਏ ਦੇ ਵਿੱਚ, ਜਿਹੜੇ ਪੰਜਾਬ ਦੇ ਕੁਛ ਖੇਤਰ ਹੈ, ਜਿਵੇਂ ਆਪਾਂ ਸੰਗਰੂਰ ਜ਼ਿਲ੍ਹਾ ਦੇਖ ਲਈਏ ਅਤੇ ਉੱਧਰ ਪਟਿਆਲੇ ਵੱਲ ਚਲੇ ਜਾਈਏ ਅਤੇ ਕੁਛ ਇੱਧਰ ਜਿਹੜਾ ਆਪਣੇ ਪੰਜਾਬ ਦੀ ਹੱਦ ਹੈ ਹਰਿਆਣੇ ਵੱਲ, ਜਿਹੜੇ ਡਾਰਕ ਜ਼ੋਨ ਐਲਾਨੇ ਹੋਏ ਆ ਸਰਕਾਰ ਨੇ, ਉੱਥੇ ਜਿਹੜੇ ਮੋਟਰਾਂ ਸਮਰਸੀਬਲ ਮੋਟਰਾਂ ਉਹ 20 ਤੋਂ 25 ਜਾਂ 67 ਪਾਵਰ ਤੱਕ ਵੀ ਪਹੁੰਚ ਗਈਆਂ।
तो उन्होंने जो बिजली नहीं आती तो उन्होंने जनरेटर नाल जो चलाना पैंदा तो जनरेटर का एक घंटे का जो आप खर्चा देखिए 1000 रुपये के लग लगभग पैंदा है। इस करके साड़ी पंजाब सरकार नू अपील है कि जिहड़ी ये बिजली का इशू बनया होया है जो भी टैक्नीकल प्रॉब्लम है इनू जल्दी जल्दी रैक्टीफाई किया जाए ताकि आम लोगों को राहत मिल सके। धन्यवाद।